तरन तारण के थाना गोइंदवाल साहिब अधीन पैंदे पिंड डेहरा साहिब लाहौर तो नाबालग लड़की नाल पिंड दे ही कुछ व्यक्तियों वल्लों घर विच दाखल हो के अश्लील हरकतां करन दा मामला सामने आया है। पर डेहरा साहिब पुलिस चौकी लाहौर वल्लों उक्त व्यक्तियों ते कोई कार्रवाई ना किते जाण दे रोस वजों पीड़ित लड़की दे परिवार ने जिला तरन तारण के एस एस पी तो इंसाफ की गुहार लाई है। इस संबंधी जानकारी देंदे हुए नाबालग लड़की के पिता लाभ सिंह ने दस्सिया कि उसका अपने चाचे के लड़के नाल घर की वंड नूं लै के कुछ झगड़ा चलता रहा सी अते जिसका पुलिस चौंकी डेरा साहिब लाहौर विखे फैसला भी हो गया सी। पर उसके चाचे के लड़के ने बाहरों कुछ नौजवान सद के उसकी कुटमार की अते उसका उल्ट उसनू ही चौकी डेरा साहिब लाहौर विखे फड़ा दिता गया। तो उक्त व्यक्तियों ने पिछों उसके नाबालग धी नूं घर विच कल्लियां वेख के उस नाल छेड़खानी करदे हुए अश्लील हरकतां कीतियां अते लड़की ने किसी तरह नाल भज के अपनी इज्जत बचाई। लाभ सिंह ने दस्या कि जद वो पुलिस चौकी तो छुटके घर आए तो उस दी नाबालग लड़की ने अपने नाल हुई दरिंदगी बारे उसनूं दस्या, जिस तों बाद उसने तुरंत इस सारी घटना संबंधी पुलिस चौकी डेरा साहिब लाहौर विखे लिखती शिकायत दी। की नाम भैन जी तुहाडा? कुलदीप कौर। ਕੀ ਮਸਲਾ ਸਰ ਹੈ ਜੀ? ਮਸਲਾ ਸਰ ਸਾਡਾ ਭਰਾਵਾਂ ਦਾ ਥਾਂ ਦਾ ਮਸਲਾ ਸੀ ਤੇ ਪਹਿਲਾਂ ਸਾਡੀ ਪੁਲਿਸ ਚੌਂਕੀ ਸਾਡਾ ਦਰਖਾਸ਼ ਹੋਈ ਸੀ ਕਿ ਕਿਹੜੀ ਪੁਲਿਸ ਚੌਂਕੀ ਹੋਈ? ਡੇਰਾ ਸਾਹਿਬ। ਅੱਛਾ। ਤੇ ਉਹ ਮਸਲਾ ਸੀ ਕਿ 11 ਤਰੀਕ ਨੂੰ ਅਸੀਂ ਪੈਸੇ ਦੇਣੇ ਸੀ ਤੇ ਸਰ ਉਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਕੁੱਟਮਾਰ ਕੀਤੀ। 11 ਤਰੀਕ ਤੋਂ ਪਹਿਲਾਂ ਹੀ ਸਾਡੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਘਰ ਵਾਲੇ ਨੂੰ ਚੌਂਕੀ ਫੜਾ ਦਿੱਤਾ। ਪਿੱਛੋਂ ਮੈਂ ਕਿਸੇ ਦੇ ਘਰ ਗਈ ਹੋਈ ਸੀ ਤੇ ਮੇਰੀ ਬੱਚੀ ਦੇ ਨਾਲ ਜਿਹੜੀ ਮੰਡੀਰ ਇਕੱਠੀ ਕੀਤੀ ਸੀ ਉਹਨਾਂ ਨੇ ਆ ਕੇ ਛੇੜਛਾੜ ਕੀਤੀ। ਮੇਰੇ ਘਰ ਦੇ ਦਰਵਾਜ਼ੇ ਵੀ ਭੰਨੇ। ਕਿਹੜੇ ਵਿਅਕਤੀਆਂ ਨਾਲ ਝਗੜਾ ਹੋਇਆ ਸੀ? ਕੀ ਨਾਮ ਉਹਦਾ? ਬਾਲ ਸਿੰਘ, ਜਮਲ ਸਿੰਘ। ਕਿਹੜੇ ਕਿਹੜੇ ਬੰਦੇ ਨੇ ਛੇੜਖਾਦੀ ਕੀਤੀ? ਰਣਜੀਤ ਸਿੰਘ, ਚਿਲਮਨ ਸਿੰਘ, ਮਿੰਟੂ ਸਿੰਘ ਤੇ ਗੋਪੀ ਸਿੰਘ ਤੇ ਨਿਸ਼ਾਨ ਸਿੰਘ। ਇਹਦੇ ਸੰਬੰਧੀ ਦਰਖਾਸਤ ਦਿੱਤੀ ਕੋਈ? ਹਾਂਜੀ। ਕਾਰਵਾਈ ਹੋਈ ਅਜੇ ਤੱਕ? ਨੋ ਸਰ। ਕੀ ਮੰਗ ਕਰਦੇ ਤੁਸੀਂ? ਸਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਜੋ ਵੀ ਬੀਤੀ ਕਾਰਵਾਈ ਕੀਤੀ ਜਾਵੇ, ਸਾਡੇ ਨਾਲ ਕੋਈ ਵੀ ਹੱਕ ਦੀ ਗੱਲ ਨਹੀਂ। ਕੀ ਨਾਂ ਕਾ ਕਿਹਦਾ? ਕੋਈ ਦਰਖਾਸਤ ਦਿੱਤੀ ਹੈ? ਅੱਛਾ। ਕਿੰਨੇ ਦਿਨ ਹੋ ਚੱਲੇ ਇਹ ਗੱਲ? ਸਰ ਹੋ ਚੱਲੇ 12 ਦਿਨ ਹੋ ਗਏ। ਅੱਛਾ। ਕੀ ਮੰਗ ਕਰਦੇ ਹੋ? ਸਰ ਮੈਂ ਇਹ ਮੰਗ ਕਰਦੀ ਹਾਂ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ। ਕੀ ਨਾਂ ਭਾਈ ਤੁਹਾਡਾ? ਲਾਭ ਸਿੰਘ ਭਾਈ। ਕੀ ਮਸਲਾ ਸਾਰਾ ਜੀ? ਭਾਈ ਦਾ ਥਾਂ ਤੇ ਝਗੜਾ ਹੈ ਸਾਡਾ। ਕਿਹਦੇ ਨਾਲ? ਤੇ ਭਰਾਵਾਂ ਨਾਲ ਝਗੜਾ ਸੀ ਤੇ 11 ਤਰੀਕ ਦਾ ਸਾਡਾ ਪੈਂਦਾ ਕਿ ਫੈਮਲੀ ਤੋਂ ਪਹਿਲਾਂ ਇਹਨਾਂ ਮਿੱਟੇ ਹੱਲਾ ਬੋਲਤਾ ਤੇ ਮੈਨੂੰ ਚੌਂਕੀ ਫੜਾ ਤਾ ਤੇ ਮੇਰੀ ਕੁੜੀ ਲੜਕੀ ਦੇ ਗੱਲ ਉਹਨਾਂ ਮੁੰਡੇ ਪਵਾ ਕੇ ਉੱਠਾਂਗੇ। ਗੱਲ ਪਵਾਇਆ ਕਿ ਛੇੜਛਾੜ ਹੋਈ? ਛੇੜਖਾਨੀ ਕੀਤੀ ਗਈ, ਨਾਲ ਘਰ ਦਾ ਤਾਲਾ ਤੋੜਿਆ ਗਿਆ। ਕੀ ਨਾਂ ਬੰਦਿਆਂ ਦਾ? ਬੰਦਿਆਂ ਨਾਲ ਚਿਲਨ ਸਿੰਘ, ਮਿੰਟੂ ਤੇ ਨਿਸ਼ਾਨ ਸਿੰਘ, ਗੋਪੀ, ਰਣਜੀਤ ਸਿੰਘ, ਪੰਜ ਬੰਦੇ। ਅੱਛਾ, ਪੰਜਾਂ ਬੰਦਿਆਂ ਨੇ ਛੇੜਛਾੜ ਕੀਤੀ ਕੁੜੀ ਨਾਲ। ਕਿੰਨੀ ਉਮਰ ਕੁੜੀ ਦੀ? ਕੁੜੀ 15 ਸਾਲ ਦੀ। ਕੀ ਨਾਂ ਇਹਦਾ? ਇਹਦਾ ਨਾਮ ਮੀਰਾ ਕੌਰ। ਕੋਈ ਦਰਖਾਸਤ ਦਿੱਤੀ ਜੇ ਇਸ ਸੰਬੰਧ ਵਿੱਚ? ਦਰਖਾਸਤ ਦਿੱਤੀ, ਕੋਈ ਸਾਡੀ ਕੋਈ ਲਾਈਨ ਦੀ ਕਾਰਵਾਈ ਨਹੀਂ ਚੱਲੀ। ਕਿੱਥੇ ਦਿੱਤੀ ਦਰਖਾਸਤ? ਦਰਖਾਸਤ ਦਿੱਤੀ ਹੈ ਡੇਰਾ ਸਾਹਿਬ ਚੌਂਕੀ। ਕਾਰਵਾਈ ਕਿਉਂ ਨਹੀਂ ਹੋ ਰਹੀ? ਕੀ ਨਾਂ ਚੌਂਕੀ ਇੰਚਾਰਜ ਦਾ? ਉਹਦਾ ਨਾਮ ਹੈ ਰਣਜੀਤ ਸਿੰਘ। ਕੀ ਕਹਿੰਦੇ ਤੈਨੂੰ? ਇੱਦਾਂ ਕਹਿੰਦੇ ਜਾਂਦੇ ਆ, ਕਰਦੇ ਆ ਫੋਨ, ਜਿੱਦਾਂ ਤੁਸੀਂ ਆਖੋਗੇ 2-4 ਵਾਰ ਗਿਆ ਕੋਈ ਗੱਲ ਸੁਣੀ ਨਹੀਂ। ਕੀ ਮੰਗ ਕਰਦੇ ਇਹਦੇ? ਮੰਗ ਤਾਂ ਇਹੀ ਕਰਦੇ ਵੀ ਧੀਰੀਆਂ ਦੀ ਕਾਰਵਾਈ ਕੀਤੀ ਜਾਵੇ। ਹਾਂਜੀ ਸਰ, ਇੱਕ ਪਿੰਡ ਲਾਹੌਰ ਤੋਂ ਲਾਭ ਸਿੰਘ ਆ ਜੀ, ਜਿਹਨਾਂ ਭਰਾਵਾਂ ਦਾ ਝਗੜਾ ਸੀਗਾ ਜੀ ਸਰ, ਅਤੇ ਬੀਤੇ ਦਿਨ ਉਹਨਾਂ ਦੇ ਘਰ ਕੁਛ ਵਿਅਕਤੀਆਂ ਨੇ ਆਣ ਕੇ ਉਹਨਾਂ ਦੀ 15 ਸਾਲ ਲੜਕੀ ਨਾਲ ਛੇੜਛਾੜ ਕੀਤੀ ਹੈ। ਕੀ ਮਸਲਾ ਸਾਰਾ ਜੀ? ਸਰ ਦਰਖਾਸਤ ਆਈ ਸੀ ਇਹ ਥਾਣਾ ਗੋਇੰਦਵਾਲ ਸਾਹਿਬ ਵਿਖੇ ਇਹਦੀ ਸੁਣਵਾਈ ਹੋ ਰਹੀ ਹੈ। ਲੜਕੀ ਦਾ ਮਸਲਾ ਹੋਣ ਕਰਕੇ ਇੱਥੇ ਲੇਡੀ ਸਟਾਫ ਨਹੀਂ ਹੈਗਾ ਅਤੇ ਗੋਇੰਦਵਾਲ ਮਹਿਲਾ ਥਾਣਾ ਦੀ ਤਫਤੀਸ਼ ਕਰ ਰਿਹਾ। ਸਰ ਇਹ ਕਹਿੰਦੇ ਉਹਨਾਂ ਦਾ ਕਹਿਣਾ ਕਿ 12 ਦਿਨ ਹੋ ਚੱਲੇ ਦਰਖਾਸਤ ਦਿੱਤੀ ਨੂੰ, ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ। ਸਰ ਪਹਿਲਾਂ ਰਾਜੀਨਾਮੇ ਦੀ ਗੱਲ ਚੱਲਦੀ ਸੀਗੀ ਅਤੇ ਇਹਨਾਂ ਦੇ ਬਿਆਨ ਦੇ ਵਿੱਚ ਸਾਡੀ ਰਾਜੀਨਾਮੇ ਦੀ ਗੱਲ ਚੱਲ ਰਹੀ ਹੈ ਅਤੇ ਜੇ ਤਫਤੀਸ਼ ਚੱਲ ਰਹੀ ਆ, ਜੈਸੀ ਕਾਰਵਾਈ ਹੋਊਗੀ ਅਮਲ 'ਚ ਲਿਆਉਂਦੀ ਜਾਊਗੀ,